ਨੰਨੀ ਪਰੀ ਜ਼ੈਨਬ ਸਮੇਤ 8 ਮਾਸੂਮ ਬਾਲਿਆਂ ਦਾ ਜ਼ਿਆਦਤੀ ਦੇ ਬਾਅਦ ਕਤਲ ਗ੍ਰਿਫਤਾਰ ਦਰਿੰਦਾ ਇਮਰਾਨ ਅਲੀ 14 ਰੋਜ਼ਾ ਜਿਸਮਾਨੀ ਰਿਮਾਂਡ ਤੇ ਪੁਲਿਸ ਦੇ ਹਵਾਲੇ ਮੁਲਜ਼ਮ ਕੋ ਸਖਤ ਸਿਕਿਉਰਿਟੀ ਚ ਇਜ਼ਤਦਾਰ ਦਹਿਸ਼ਤਗਰਦੀ ਦੀ ਅਦਾਲਤ ਪੁਜਾਇਆ ਗਿਆ ਸ਼ਬਾਸ਼ੀ ਮਦਾਰੀ ਹਨ ਸਿਆਸਤਦਾਨ ਤਾਂ ਨਜ਼ਰ ਕਹਿਣੀ ਆਂਦੇ ਤਾੜੀਆਂ ਵਜਾ ਤੇ ਜ਼ੈਨਬ ਦੇ ਵਾਲਿਦੈਨ ਦੇ ਜ਼ਖਮਾਂ ਤੇ ਲੂਣ ਬੁਰਕਿਆ ਅਹਿਮ ਅਹੁਦੇ ਤੇ ਬਹਿਤੇ ਇਹੋ ਹਰਕਤਾਂ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਖੁਰਸ਼ੀਦ ਸ਼ਾਹ ਵਜ਼ੀਰ ਦੀ ਪ੍ਰੈਸ ਕਾਨਫਰੰਸ ਤੇ ਫਟ ਪਏ ਕੌਮੀ ਸਮਰਿਤ ਮੁਜ਼ੰਮਤ ਇਕਰਾਰਦਾਦ ਮਨਜ਼ੂਰ ਕਰਾਉਣ ਦਾ ਮੁਤਾਲਬਾ ਯਾਰਾਂ ਦੀ ਗੁਜ਼ਰਨ ਦੇ ਬਾਵਜੂਦ ਮਰਦਾਨ ਦੀ ਨੰਨੀ ਆਸਮਾਂ ਦੇ ਕਾਤਲ ਗ੍ਰਿਫਤਾਰ ਨਾ ਹੋ ਸਕੇ ਵਾਕੇ ਦੇ ਖਿਲਾਫ ਵਕਲਾ ਬਰਾਦਰੀ ਦਾ ਇਤਜਾਜ ਅਦਾਲਤਾਂ ਦਾ ਬਾਇਕਾਟ ਕਰਤਾ ਤਲਬਾ ਵੀ ਸਰਾਪਾ ਇਤਜਾਜ ਕਾਤਲਾਂ ਦੀ ਗ੍ਰਿਫਤਾਰੀ ਦਾ ਮੁਤਾਲਬਾ ਕਰਤਾ ਇੱਕ ਬਈ ਮਾਸੂਮ ਬਾਲੜੀ ਦਰਿੰਦਗੀ ਦਾ ਸ਼ਿਕਾਰ ਅਟਕ ਚ ਪੰਜਵੀਂ ਜਮਾਤ ਦੇ ਤਾਲਿਬਾ ਕੋ ਜ਼ਿਆਦਤੀ ਤੱਕ ਨਿਸ਼ਾਨਾ ਬਣਾ ਦਿੱਤਾ ਗਿਆ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦੀ ਗਈ ਮੁਜ਼ੱਫਰਗੜ੍ਹ ਦੀ ਤਹਿਸੀਲ ਜੱਤੋਈ ਚ ਪੁਲਿਸ ਦੀ ਕਾਮਯਾਬ ਕਾਰਵਾਈ 7 ਸਾਲਾ ਬਾਲੜੀ ਨਾਲ ਜ਼ਿਆਦਤੀ ਦੇ ਮੁਲਜ਼ਮ ਕੋ ਗ੍ਰਿਫਤਾਰ ਕਰ ਦਿੱਤਾ ਗਿਆ ਬਾਸਰ ਬੰਦੇ ਮੁਕਦਮਾ ਵਾਪਸ ਲੈਣ ਸਾਂਗੇ ਧਮਕਿਆ ਦੇਣੇ ਪੈਣ ਮੁਤਾਸਰਾ ਬਾਲੜੀ ਦੇ ਵਾਲਿਦੈਨ ਦਾ ਇਲਜ਼ਾਮ